ਇਲੈਕਸ਼ਨ 'ਚ ਇਹਨਾਂ ਨੂੰ ਮੌਕਾ ਮਿਲਦਾ ਤਾਂ 100% ਜਿੱਤ ਹੈ ਜੀ। ਜਿੰਨੇ ਕੁ ਕੰਮ ਉਹਨਾਂ ਕੋਲ ਗਏ ਹੈ ਉਹਨਾਂ ਨੇ ਬੜੀ ਮਿਹਨਤ ਨਾਲ ਸਾਡੇ ਕੰਮ ਬਹੁਤ ਤਰੀਕੇ ਨਾਲ ਸੁਣਿਆ ਅਤੇ ਕਰਵਾਇਆ ਗਿਆ। ਸਾਨੂੰ 80% ਲੋਕਾਂ ਹੀ ਕਹਿੰਦੇ ਵੀ ਅਸੀਂ ਗੁਰਦੀਪ ਸਿੰਘ ਬਾਠ ਨੂੰ ਹੀ ਟਿਕਟ ਮਿਲਣੀ ਚਾਹੀਦੀ ਆ। ਵੀ ਘਰ ਘਰ ਵਿੱਚੋਂ ਆਈ ਆਵਾਜ਼, ਸਾਡਾ MLA ਗੁਰਦੀਪ ਬਾਠ। ਜਿਮਨੀ ਚੋਣ ਬਰਨਾਲਾ ਦਾ ਅਖਾੜਾ ਭਖਿਆ। ਰਵਾਇਤੀ ਪਾਰਟੀਆਂ ਟਿਕਟ ਲੈਣ ਲਈ ਅਹੁਦੇਦਾਰਾਂ ਵੱਲੋਂ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਗਏ। ਕੋਈ ਰਾਸ਼ਨ ਵੰਡ ਰਿਹਾ ਹੈ, ਕੋਈ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਰਿਹਾ ਹੈ। ਜੇ ਆਪਾਂ ਗੱਲ ਕਰੀਏ ਲੋਕਾਂ ਵੱਲੋਂ ਆਪਣਾ ਫਤਵਾ ਜਾਰੀ ਕਰਕੇ ਸਰਦਾਰ ਗੁਰਮੀਤ ਸਿੰਘ ਮੀਥੇਅਰ ਨੂੰ MP ਬਣਾ ਦਿੱਤਾ ਗਿਆ। ਉੱਥੇ ਹੀ ਮੀਥੇਅਰ ਵੱਲੋਂ ਆਪਣੇ MLA ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ। ਬਰਨਾਲਾ ਵਿੱਚੋਂ ਜਿਮਨੀ ਚੋਣ ਵਿੱਚ ਕਈ ਅਹੁਦੇਦਾਰ ਆਪਣੀ ਕਿਸਮਤ ਅਜਮਾਉਣ ਲਈ ਅਖਾੜੇ ਵਿੱਚ ਉਤਰੇ। ਉੱਥੇ ਹੀ ਲੋਕਾਂ ਵਿੱਚ ਇੱਕ ਹੀ ਆਵਾਜ਼, ਸਾਡਾ MLA ਗੁਰਦੀਪ ਬਾਠ। ਦੱਸਣਾ ਚਾਹੁੰਦੇ ਹਾਂ ਕਿ ਗੁਰਦੀਪ ਬਾਠ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਤੇ ਪਹਿਲ ਦੇ ਆਧਾਰ ਤੇ ਇਮਾਨਦਾਰ, ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨ ਨੇ, ਜਿਸ ਕਰਕੇ ਸਾਰੇ ਬਰਨਾਲੇ ਵਾਸੀਆਂ ਦਾ ਕਹਿਣਾ ਹੈ ਸਾਡਾ MLA ਬਣਨ ਦੇ ਸਾਰੇ ਗੁਣ ਗੁਰਦੀਪ ਬਾਠ ਵਿੱਚ ਨੇ। ਸਾਡਾ MLA ਗੁਰਦੀਪ ਸਿੰਘ ਬਾਠ, ਸਾਡਾ MLA ਗੁਰਦੀਪ ਸਿੰਘ ਬਾਠ। ਮਨੀਸ਼ ਕੁਮਾਰ ਜੀ, ਮੈਂ ਬਰਨਾਲੇ ਦਾ ਵਾਸੀ ਆ ਜੀ। ਕੀ ਮੈਂ ਜੀ ਨਿੱਜੀ ਤੌਰ ਤੇ ਜਾਣਦਾ, ਬਹੁਤ ਵਧੀਆ ਬੰਦੇ ਨੇ ਜੀ। ਮੈਂ 2-4 ਵਾਰੀ ਉਹਨਾਂ ਕੋਲ ਕੰਮ ਲੈ ਕੇ ਗਿਆ, ਜਾਇਜ਼ ਕੰਮ, ਅਤੇ ਉਹਨਾਂ ਨੇ ਬੜੀ ਹੀ ਨਰਮਾਈ ਨਾਲ ਉਹ ਗੱਲ ਸੁਣੀ ਅਤੇ ਉਹਦੇ ਵਿੱਚ ਰਿਜ਼ਲਟ ਕੱਢ ਕੇ ਮੇਰਾ ਸਲਿਊਸ਼ਨ ਵੀ ਕਰਵਾਇਆ ਜੀ। ਸੋ ਸਾਨੂੰ ਬਹੁਤ ਯਕੀਨ ਹੈ ਉਸ ਬੰਦੇ 'ਤੇ ਜੀ, ਅਤੇ ਸਾਨੂੰ ਆਏ ਹੈ ਵੀ ਗਾਹਾਂ ਉਹ ਸਾਡੇ ਨੁਮਾਇੰਦੇ ਹੋ ਕੇ ਸਾਡੀਆਂ ਅੱਗੇ ਵੀ ਸਾਡੀਆਂ ਮੰਗਾਂ, ਜੋ ਜਾਇਜ਼ ਕੰਮ ਹੈ, ਜੋ ਸਾਡੇ ਨਾਲ ਕੋਈ ਧੱਕਾ ਹੁੰਦਾ ਵਪਾਰੀਆਂ ਨਾਲ, ਉਹ ਸੁਣਨ। ਧੱਕਾ ਜੀ ਸਾਡੇ ਨਾਲ ਸਾਰਾ ਹੀ, ਇੱਥੇ ਗੁੰਡਾਗਰਦੀ ਬਹੁਤ ਵਧੀ ਹੋਈ ਹੈ ਜੀ ਪੰਜਾਬ ਦੇ ਵਿੱਚ, ਠੀਕ ਹੈ। ਅਤੇ ਇਹਨਾਂ ਨਾਲ ਥੋੜ੍ਹਾ ਜਿਹਾ ਪ੍ਰਸ਼ਾਸਨ, ਜੇ ਸਾਨੂੰ ਕੋਈ ਤਕਲੀਫ ਲੱਗਦੀ ਵੀ ਹੈ ਤਾਂ ਅਸੀਂ ਬਾਈ ਜੀ ਕੋਲ ਜਾਂਦੇ ਹਾਂ ਅਤੇ ਉਹ ਸਾਡੀ ਸੁਣਦੇ ਹੈ ਅਤੇ ਉਸਨੂੰ ਹੱਲ ਕਰ ਦਿੰਦੇ ਹੈ। ਬਸ ਸਾਨੂੰ ਇਹੀ ਬਹੁਤ ਵੱਡਾ ਆਸਰਾ ਹੈ ਕਿ ਇੱਕ ਬੰਦਾ ਸਾਡੀ ਸੁਣਵਾਈ ਕਰਦਾ ਹੈ ਤਾਂ ਉਹਦੇ ਨਾਲ ਸਾਨੂੰ ਰਿਲੈਕਸੇਸ਼ਨ ਮਿਲ ਜਾਂਦੀ ਹੈ ਵੀ ਜੇ ਇਨ ਫਿਊਚਰ ਸਾਨੂੰ ਕੋਈ ਦਿੱਕਤ ਵੀ ਆਊਗੀ ਅਸੀਂ ਉਹਨਾਂ ਕੋਲ ਜਾ ਕੇ ਕੰਮ ਕਰਾ ਸਕਦੇ ਹਾਂ ਜੀ। ਹੋਰ ਨਹੀਂ ਜੀ, ਬਾਠ ਸਾਹਿਬ ਨੇ ਅੱਜ ਤੱਕ ਨਾ ਤਾਂ ਉਹਨਾਂ ਬਾਰੇ ਅਸੀਂ ਸ਼ਹਿਰ 'ਚ ਸੁਣਿਆ, ਨਾ ਮੈਥੋਂ ਜੋ ਵੀ ਕੰਮ ਕਰਾਇਆ, ਨੀ ਸਵਾਰਥ ਹੋ ਕੇ ਕੰਮ ਕੀਤਾ ਸਾਡਾ, ਬਿਲਕੁਲ ਐਜ਼ ਏ ਜੋ ਲੀਡਰ ਕਰਨਾ ਚਾਹੁੰਦੇ, ਜੋ ਆਪਾਂ ਇੱਕ ਲੀਡਰ ਤੋਂ ਐਕਸਪੈਕਟੇਸ਼ਨ ਕਰਦੇ ਹਾਂ ਵੀ ਉਹ ਕੰਮ ਕਰੂਗਾ, ਉਵੇਂ ਬਿਲਕੁਲ ਉਵੇਂ ਕੀਤਾ ਉਹਨਾਂ ਨੇ। ਦੇਖੋ ਜਿੰਨਾ ਕੁ ਸਾਨੂੰ ਸ਼ਹਿਰ 'ਚੋਂ ਪਿੰਡਾਂ 'ਚੋਂ ਮਿਲਦਾ ਹੈ ਸੁਣਨ ਨੂੰ, ਜੇ ਇਲੈਕਸ਼ਨ 'ਚ ਇਹਨਾਂ ਨੂੰ ਮੌਕਾ ਮਿਲਦਾ ਤਾਂ 100% ਜਿੱਤ ਹੈ ਜੀ। ਕਿਉਂਕਿ ਲੋਕ ਪਾਰਟ ਅਕਸ ਨੂੰ ਦੇਖਦੇ ਆ ਕਿ ਜੋ ਸਾਡੀ ਸੁਣਵਾਈ ਕਰੇ, ਇੱਕ ਲੀਡਰ ਤੋਂ ਹਰ ਇੱਕ ਬੰਦਾ ਇਹੀ ਚਾਹੁੰਦਾ ਵੀ ਜੋ ਸਾਡੇ ਸੁਣੇ ਅਤੇ ਹੱਲ ਕਰੇ, ਹੋਰ ਉਸਨੂੰ ਕੋਈ ਐਕਸਪੈਕਟੇਸ਼ਨ ਨਹੀਂ ਹੁੰਦੀ ਕੋਈ, ਅਸੀਂ ਉਹਨਾਂ ਤੋਂ ਲੈ ਕੇ ਨਹੀਂ ਖਾਣਾ, ਸਾਡਾ ਤਾਂ ਸਿਰਫ ਇੱਕੋ ਹੀ ਮਕਸਦ ਹੁੰਦਾ ਵੀ ਸਾਡੀ ਗੱਲ ਸੁਣੀ ਜਾਵੇ ਅਤੇ ਸਾਡਾ ਹੱਲ ਹੋਵੇ ਜੀ। ਹਰ ਇੱਕ ਵਲੰਟੀਅਰ ਵਧੀਆ ਜੀ, ਸਾਨੂੰ ਤਾਂ ਇਹ ਲੱਗਦਾ, ਬਟ ਸਾਨੂੰ ਇਹਨਾਂ ਬਾਰੇ ਅਸੀਂ ਜਾਣਦੇ ਹਾਂ, ਇਹ ਸਾਡੇ ਲਈ ਸਫੀਸ਼ੀਐਂਟ ਨੇ ਜੀ। ਪ੍ਰਦੀਪ ਕੁਮਾਰ ਜੀ, ਇਹ ਬਹੁਤ ਵਧੀਆ ਬੰਦੇ ਨੇ ਜੀ ਬਾਠ ਜੀ। ਜਿਵੇਂ ਮੈਂ ਨਿੱਜੀ ਤੌਰ 'ਤੇ ਜਾਣਦਾ, ਜਿੰਨੇ ਕੁ ਕੰਮ ਉਹਨਾਂ ਕੋਲ ਗਏ ਹੈ ਉਹਨਾਂ ਨੇ ਬੜੀ ਮਿਹਨਤ ਨਾਲ ਸਾਡੇ ਕੰਮ ਬਹੁਤ ਤਰੀਕੇ ਨਾਲ ਸੁਣਿਆ ਅਤੇ ਕਰਵਾਇਆ ਗਿਆ ਜੀ। ਉਹ ਉਹਨਾਂ ਵਰਗੀ ਦੇਖੋ ਬਹੁਤ, ਜਿਵੇਂ ਉਹ ਮਿਹਨਤੀ ਨੇ, ਬਹੁਤ ਮਿਹਨਤ ਕਰਕੇ ਸ਼ਹਿਰ ਦੀ ਤਰੱਕੀ ਕਰਨਗੇ ਉਹ ਜੀ। ਕੋਈ ਦੋ ਰਲੇ ਮੂਹਰੇ ਲਾ ਕੇ ਚੱਲਣਗੇ, ਵਧੀਆ ਬੰਦੇ ਨੇ ਪੂਰੇ। ਦੇਖੋ ਜਿਹਨਾਂ ਨੂੰ ਮਿਲਿਆ ਉਹਨਾਂ ਬਾਰੇ ਬੋਲ ਸਕਾਂਗੇ ਜੀ, ਅਹੁਦੇਦਾਰ ਤਾਂ ਸਰਕਾਰ ਦੇ ਸਾਰੇ ਵਧੀਆ ਹੁੰਦੇ ਨੇ ਜੀ। ਰਮਨਦੀਪ ਜੀ, ਬਾਈ ਜੀ ਅਸੀਂ ਗੋਬਿੰਦ ਕਲੋਨੀ ਗਲੀ ਨੰਬਰ 5 'ਚ ਰਹਿੰਦੇ ਹਾਂ ਜੀ ਜੀ। ਠੀਕ ਆ ਜੀ, ਬਾਠ ਸਾਹਿਬ ਦੇ ਸਾਡੇ ਨੇੜੇ ਆ ਜੀ ਜੀ। ਠੀਕ ਆ, ਉੱਥੋਂ ਅਸੀਂ ਨਿਕਲਦੇ ਆਉਂਦੇ ਜਾਂਦੇ ਦੇਖਦੇ ਹਾਂ ਜੀ ਬਾਠ ਸਾਹਿਬ ਨੂੰ, ਸਕੂਟਰੀ 'ਤੇ ਵੀ ਜਾਂਦੇ ਜਾਂ ਗੱਡੀ 'ਤੇ ਕਈ ਵਾਰ,
ਮਿਲਵਰਤਨ ਵਧੀਆ ਜੀ। ਬਾਕੀ ਜਦੋਂ ਕਿ ਸੈਰ ਸੂਰ ਵੀ ਉੱਥੇ ਜਦੋਂ ਜਾਂਦੇ ਹਾਂ ਜੀ ਅਸੀਂ ਸੈਰ ਸੂਰ ਵਗੈਰਾ ਵਗੈਰਾ ਕਰਦੇ ਹਾਂ ਜੀ, ਠੀਕ ਹੈ ਕਿ ਨਹੀਂ। ਮਿਲਸਾਰ ਬੰਦੇ ਆ ਜੀ, ਮਤਲਬ ਇੱਕ ਦੋ ਵਾਰੀ ਅਸੀਂ ਆਪਦੇ ਪਰਸਨਲ ਕੰਮ ਵੀ ਗਏ ਹਾਂ, ਜਾਇਜ਼ ਉਹ ਸਾਡੇ ਨਾਲ ਜਿਵੇਂ ਗੋਬਿੰਦ ਕਲੋਨੀ 'ਚ ਅਸੀਂ ਗੱਲਬਾਤ ਕਰਦੇ ਹਾਂ ਜੀ, ਸਾਡੇ ਆਪਦੇ ਏਰੀਏ ਦੀ ਕਹਿ ਸਕਦੇ ਜੀ, ਠੀਕ ਹੈ ਕਿ ਨਹੀਂ। ਉੱਥੋਂ ਸਾਨੂੰ 80% ਲੋਕ ਆਈ ਕਹਿੰਦੇ ਵੀ ਅਸੀਂ ਗੁਰਦੀਪ ਸਿੰਘ ਬਾਠ ਨੂੰ ਹੀ ਟਿਕਟ ਮਿਲਣੀ ਚਾਹੀਦੀ ਆ, ਵੀ ਇਹਨਾਂ ਦੇ ਨਾਲ ਆ ਅਸੀਂ ਜੀ।